ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸ਼੍ਰੀ ਗੁਰੂ ਨਾਨਕ ਜੀ SHO ਪੁੰਚ ਉਹ ਵੀ ਸਟੇਜ ਆ ਜਾਣ, ਬੋਲੇ ਸੋ ਨਿਹਾਲ। ਜੀ ਰਜੌਰੀ ਪੁੰਛ ਦਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਚੁਣਾਅ ਕੀਤਾ ਜਾਂਦਾ ਹੈ। ਉਹਨਾਂ ਦੇ ਨਾਲ DSP ਹੈੱਡਕੁਆਟਰ ਸ੍ਰੀ ਪੰਕਜ ਜੀ ਵੀ ਪੁੱਜੇ ਨੇ। ਕਮੇਟੀ ਵੱਲੋਂ DSP ਹੈੱਡਕੁਆਟਰ ਜੀ ਦਾ ਵੀ ਚੁਣਾਅ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੋ ਪੁੰਚ ਨਿਵਾਸੀ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ 555 ਜੋ ਉਹਨਾਂ ਦਾ ਆਗਮਨ ਪੁਰਬ ਹੈ ਉਹਦੀ ਸਾਰਿਆਂ ਨੂੰ ਲੱਖ ਲੱਖ ਵਧਾਈ। ਗੁਰੂ ਨਾਨਕ ਪਾਤਸ਼ਾਹ ਜਿਵੇਂ ਆਪ ਸਾਰੇ ਜਾਣੂ ਹੋ, ਇੱਕ ਸਾਂਝੀ ਵਾਲਤਾ ਦੇ ਗੁਰੂ ਜਿਨ੍ਹਾਂ ਨੇ ਸਿੱਖੀਜ਼ਮ ਦੀ ਫਾਊਂਡੇਸ਼ਨ ਰੱਖੀ, ਨੀਂਹ ਰੱਖੀ। ਔਰ ਜੇ ਸੱਚ ਪੁੱਛਿਆ ਜਾਵੇ ਤਾਂ ਇੱਕ ਲੌਜੀਕਲ ਥਿੰਕਿੰਗ, ਇੱਕ ਰੀਜ਼ਨਿੰਗ ਦੀ ਨੀਂਹ ਰੱਖੀ ਕਿ ਅਧਿਆਤਮਿਕ ਤੌਰ ਦੇ ਉੱਤੇ ਵੀ ਉਸ ਸਮੇਂ ਦੇ ਜੋ ਆਗੂ ਸਨ, ਕਈ ਤਰ੍ਹਾਂ ਦਾ ਆਮ ਜਨਤਾ ਦਾ ਸ਼ੋਸ਼ਣ ਹੋ ਰਿਹਾ ਸੀ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਸੋਚ, ਜੋ ਵਿਚਾਰਧਾਰਾ ਉਹ ਸੰਗਤਾਂ ਦੇ ਸਾਹਮਣੇ ਰੱਖੀ, ਉਹ ਕੇਵਲ ਇੱਕ ਸੀ ਕਿ ਏਕ ਪਿਤਾ ਇੱਕ ਸਕੇ ਹਮ ਬਾਰਕ, ਅਸੀਂ ਇੱਕ ਅਕਾਲ ਪੁਰਖ ਦੀ ਔਲਾਦ ਹਾਂ ਅਤੇ ਉਸ ਸਾਰੇ ਹੀ ਅਸੀਂ ਉਹਨਾਂ ਦੇ ਨਾਲ ਹਾਂ। ਆਓ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜੋ ਪ੍ਰਕਾਸ਼ ਪੁਰਬ ਹੈ ਇਹਨੂੰ ਮਨਾਉਣ ਦਾ ਤਾਂ ਹੀ ਮਕਸਦ ਹੈ ਕਿ ਇਹਨਾਂ ਦੀ ਜੋ ਫਲਸਫਾ ਹੈ, ਇਹਨਾਂ ਦੀ ਜੋ ਫਲਾਸਫੀ ਹੈ ਉਸ ਨੂੰ ਸਮਝ ਸਕੀਏ। ਨੀਚੇ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਇਸ ਕਿਸਮ ਦੀ ਸੋਚ, ਇਸ ਕਿਸਮ ਦੀ ਸਮਾਜ ਨੂੰ ਇਕੱਠਾ ਕਰਨ ਦਾ, ਜਿੱਥੇ ਅਸੀਂ ਸਮਝ ਸਕਦੇ ਹਾਂ ਕਿ ਜੋ ਔਰਤ ਜ਼ਾਤ ਸੀ ਉਹਦੇ ਨਾਲ ਜੇ ਕਿਧਰੇ ਬੇਇਨਸਾਫੀ ਨਜ਼ਰ ਆ ਰਹੀ ਸੀ, ਅਤੇ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਸ ਕਿਸਮ ਦੀ ਸੋਚ ਕਿ ਇੱਕ ਬਰਾਬਰੀ ਦੀ ਸੋਚ ਕਿ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਤੋ ਇਸ ਕਿਸਮ ਦੀ ਸੋਚ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਦਾ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੱਥੇ ਦੀ ਐਡਮਿਨਿਸਟ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਧ ਕਰਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।